जलंधर से एनकाउंटर संवाददाता अमन गुप्ता की रिपोर्ट। श्री गुरु रविदास महाराज जी की 641वीं जयंती पर जलंधर से काशी के लिए ट्रेन रवाना की गई। ਸਾਰੀ ਸੰਗਤ ਨੂੰ ਸੱਚੇ ਪਾਤਸ਼ਾਹ ਜੀ ਡੇਰੇ ਵੱਲੋਂ ਸੱਚਣ ਬੱਲਾ ਵੱਲੋਂ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਸੱਚੇ ਪਾਤਸ਼ਾਹ ਜੀ ਗੁਰੂ ਰਵਿਦਾਸ ਦੇ ਨਾਮ ਦੇ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ ਬੋਲੋ ਜੀ ਸਤਨਾਮ ਠੀਕ ਸਾਡੇ ਕਹਿ ਕਰਹਿ ਆਨ ਕੀ ਆਸ ਤੇ ਨਰ ਦੋ ਜਿਤ ਜਾਹੇਂਗੇ ਸਤਪਾਖੈ ਰਵਿਦਾਸ जगत गुरु सतगुरु दास महाराज जी का 641वां प्रकाश दिहाड़ा सारे सदियां संगतां वालों बहुत ही श्रद्धा के नाल कंठी श्री गुरु दास महाराज जी के पावन पवित्र जन्म स्थान मंदिर श्री गोवर्धनपुर विखे सतगुरु स्वामी निरंजन दास जी महाराज डेरा श्री 108 संतन दास जी सतखंड पवन के अधीनशील और चेयरमैन श्री गुरु रविदास जन्म स्थान पब्लिक चैरिटेबल ट्रस्ट वाराणसी उन्हां दी सरप्रस्ती हेठ बहुत ही श्रद्धा के ਬਣਾਇਆ ਜਾ ਰਿਹਾ ਹੈ। ਦਾਸ ਸਾਰੇ ਵਿਸ਼ਵ ਦੀਆਂ ਸੰਗਤਾਂ ਨੂੰ ਸਤਿਗੁਰੂ ਦਾਸ ਮਹਾਰਾਜ ਜੀ ਦੇ 641ਵੇਂ ਪ੍ਰਕਾਸ਼ ਦਿਹਾੜੇ ਦੀਆਂ ਸਤਿਗੁਰੂ ਸਵਾਮੀ ਨਿਰੰਜਨ ਦਾਸ ਜੀ ਮਹਾਰਾਜ ਉਹਨਾਂ ਵੱਲੋਂ ਔਰ ਸੰਤ ਸਮਾਜ ਵੱਲੋਂ ਦਾਸ ਆਪਣੇ ਵੱਲੋਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦਿੰਦਾ ਹੈ। ਜੈ ਗੁਰਦੇਵ। ਸਤਿਕਾਰਯੋਗ ਸਮੇਂ ਦੇ ਦਾਸ ਜੀ ਮਹਾਰਾਜ ਜਾਂ ਸਤਿਖੰਡ ਪੱਲਾ ਵੱਲੋਂ ਇੱਕ ਬਹੁਤ ਹੀ ਵਿਸ਼ਾਲ ਸ਼ੋਭਾ ਯਾਤਰੀ ਸ਼ਕਲ ਦੇ ਵਿੱਚ ਸੰਗਤਾਂ ਦਾ ਸਮੂਹ ਸੰਗਤਾਂ ਨੂੰ ਨਾਲ ਲੈ ਕੇ ਅੱਜ ਇੱਕ ਬਹੁਤ ਹੀ ਵਿਸ਼ਾਲ ਟ੍ਰੇਨ ਜੋ ਕਿ ਸਤਿਗੁਰ ਦਾਸ ਵਾਲੇ ਜਨਮ ਸਥਾਨ ਬਨਾਰਸ ਵਿਖੇ ਜਾ ਲੈ ਕੇ ਜਾ ਰਿਹਾ। ਮੈਂ ਅੱਜ ਦੇ ਦਿਨ ਦੇ ਉੱਤੇ ਸਤਿਗੁਰੂ ਦਾਸ ਵਾਲੇ ਦੇ ਚਰਨਾਂ ਵਿੱਚ ਬੇਨਤੀ ਅਤੇ ਅਰਦਾਸ ਕਰਦਾ ਹਾਂ ਕਿ ਸਤਿਗੁਰੂ ਰੰਜਨ ਦਾਸ ਮਹਾਰਾਜ ਨੂੰ ਦੇਹ ਨਿਰੋਗਤਾ ਬਖਸ਼ਣ ਤਾਂ ਕਿ ਸਮੁੱਚੀ ਸੰਗਤ ਦਾ ਜਿੱਦਾਂ ਅਸ਼ੀਰਵਾਦ ਦੇ ਰਿਹਾ ਹੈ ਉਹਦੇ ਸਤਸੰਗ ਦਾ ਭਲਾ ਕਰਦੇ ਰਹਿਣ। ਅੱਜ ਦਿਨ 'ਤੇ ਸਮੁੱਚੇ ਦੁਨੀਆ ਵਾਸੀਆਂ ਨੂੰ ਲੱਖ ਲੱਖ ਮੁਬਾਰਕਾਂ ਪੇਸ਼ ਕਰਦਾ ਹੋਇਆ ਜੈ ਗੁਰੂ ਦੇਵ ਧਰਮ। 41ਵਾਂ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਦੇ ਨਾਲ ਮਨਾਇਆ ਜਾ ਰਿਹਾ। ਸਾਰੀ ਸੰਗਤ ਨੂੰ ਸਾਰੇ ਵਿਸ਼ਵ ਦੀ ਸੰਗਤ ਨੂੰ ਦਾਸ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਔਰ ਉਸੇ ਸੰਬੰਧ ਦੇ ਵਿੱਚ 108 ਸੰਤ ਨਿਰੰਜਨ ਦਾਸ ਜੀ ਦੀ ਰਹਿਨਮਾਈ ਦੇ ਹੇਠ ਉਹਨਾਂ ਦੀ ਸਰਪ੍ਰਸਤੀ ਦੇ ਹੇਠ ਇੱਥੋਂ ਇੱਕ ਵਿਸ਼ਾਲ ਯਾਤਰਾ ਟ੍ਰੇਨ ਦੇ ਰਾਹੀਂ ਸ੍ਰੀ ਗੋਵਰਧਨਪੁਰੀ ਕਾਸ਼ੀ ਵਿਖੇ ਸਾਰੀ ਸੰਗਤ ਜਾ ਰਹੀ ਹੈ। ਇਸ ਪਵਿੱਤਰ ਪਾਵਨ ਦਿਹਾੜੇ 'ਤੇ ਸਾਰੀ ਸੰਗਤ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਔਰ ਮਹਾਰਾਜ ਜੀ ਦਾ ਧੰਨਵਾਦ ਦਾਸ ਕਰਦਾ ਕਿ ਦਾਸ ਨੂੰ ਇੱਥੇ ਸੰਗਤ ਦੇ ਵਿੱਚ ਆਉਣ ਦਾ ਮੌਕਾ ਮਿਲਿਆ, ਮਹਾਰਾਜ ਜੀ ਦਾ ਆਸ਼ੀਰਵਾਦ ਮਿਲਿਆ। ਸਾਰੀ ਸੰਗਤ ਨੂੰ ਬਹੁਤ ਬਹੁਤ ਮੁਬਾਰਕਬਾਦ।